ਕੱਲ੍ਹ ਤੋਂ ਦੇਸ਼ ਦੇ ਵਿੱਚ ਚੱਲਣਗੀਆਂ 200 ਵਿਸ਼ੇਸ਼ ਰੇਲ ਗੱਡੀਆਂ ਪਰ ਪੂਰੇ ਨਿਯਮਾਂ ਦੇ ਨਾਲ। ਐਵੇਂ ਦੱਸਾਂਗੇ ਕਿ ਪੰਜਾਬ ਦੇ ਵਿੱਚ ਕਿੱਧਰੋਂ ਅਤੇ ਕਿਹੜੇ ਥਾਵਾਂ ਦੇ ਲਈ ਇਹ ਰੇਲ ਗੱਡੀਆਂ ਚੱਲਣਗੀਆਂ। UK ਕਿਵੇਂ ਟੈਸਟਿੰਗ ਅਤੇ ਟਰੇਸਿੰਗ ਦੇ ਨਾਲ ਕੋਰੋਨਾ ਵਾਇਰਸ 'ਤੇ ਕਾਬੂ ਪਾਵੇਗਾ, ਨਾਲ ਹੀ ਗੱਲ ਕਰਾਂਗੇ ਪਠਾਨਕੋਟ ਦੇ ਰਾਜੂ ਦੀ, ਜਿਸ ਦੇ ਮੁਰੀਦ ਹੋ ਗਏ ਨੇ PM ਮੋਦੀ। ਮੈਂ ਹਾਂ ਤਨੀਸ਼ਾ ਚੌਹਾਨ ਅਤੇ ਸਵਾਗਤ ਹੈ ਤੁਹਾਡਾ BBC ਨਿਊਜ਼ ਪੰਜਾਬੀ ਦੇ ਇਸ ਕੋਰੋਨਾ ਵਾਇਰਸ ਰਾਊਂਡ ਅਪ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਭਾਰਤ ਦੇ, ਕੱਲ੍ਹ ਤੋਂ ਭਾਰਤ ਦੇ ਵਿੱਚ 200 ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ। ਰੇਲ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਇਹ ਸ਼੍ਰਮਿਕ ਜੋ ਵਿਸ਼ੇਸ਼ ਰੇਲ ਗੱਡੀਆਂ ਨੇ ਉਸ ਤੋਂ ਵੱਖਰੀਆਂ ਗੱਡੀਆਂ ਹੋਣਗੀਆਂ, ਪਰ ਇਸ ਦੇ ਵਿੱਚ ਕੁਝ ਨਿਯਮ ਹੋਣਗੇ, ਉਹ ਕੀ ਨੇ ਉਸ ਬਾਰੇ ਦੱਸਦੇ ਹਾਂ। ਇਹਨਾਂ ਰੇਲ ਗੱਡੀਆਂ ਦੇ ਵਿੱਚ ਜਨਰਲ ਕੋਚ, AC ਕੋਚ, ਨੋਨ AC ਕੋਚ ਹੋਣਗੇ। ਯਾਤਰਾ ਦੇ ਲਈ ਰਿਜ਼ਰਵੇਸ਼ਨ ਕਰਵਾਉਣੀ ਲਾਜ਼ਮੀ ਹੈ। ਟਿਕਟਾਂ ਦੀ ਬੁਕਿੰਗ IRCTC ਦੇ ਮੋਬਾਈਲ ਐਪ ਜਾਂ ਫਿਰ ਵੈਬਸਾਈਟ ਵੱਲੋਂ ਕੀਤੀ ਜਾ ਸਕਦੀ ਹੈ। ਟਿਕਟ ਰੇਲਵੇ ਸਟੇਸ਼ਨ ਦੇ ਕਾਊਂਟਰ 'ਤੇ ਨਹੀਂ ਮਿਲੇਗੀ, ਤਤਕਾਲ ਟਿਕਟ ਦੀ ਬੁਕਿੰਗ ਨਹੀਂ ਹੋਵੇਗੀ। ਯਾਤਰਾ ਦੇ ਲਈ ਵੱਧ ਤੋਂ ਵੱਧ 30 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਜਿਨ੍ਹਾਂ ਕੋਲ ਟਿਕਟਾਂ ਨੇ ਉਹਨਾਂ ਨੂੰ ਹੀ ਰੇਲਵੇ ਸਟੇਸ਼ਨ ਦੇ ਵਿੱਚ ਦਾਖਲਾ ਮਿਲੇਗਾ। ਅਤੇ ਨਾਲ ਹੀ ਦੱਸ ਦੇ ਕਿ ਯਾਤਰਾ ਤੋਂ ਪਹਿਲਾਂ ਹਰੇਕ ਦੀ ਜਾਂਚ ਕੀਤੀ ਜਾਏਗੀ। ਜੇਕਰ ਕੋਈ ਵੀ ਲੱਛਣ ਪਾਇਆ ਜਾਂਦਾ ਤਾਂ ਉਸਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਅਤੇ ਉਹਨਾਂ ਦੀ ਪੂਰੀ ਟਿਕਟ ਮੋੜ ਦਿੱਤੀ ਜਾਵੇਗੀ। ਮਾਸਕ ਪਾ ਕੇ ਆਉਣਾ ਜ਼ਰੂਰੀ ਹੋਏਗਾ। 90 ਮਿੰਟ ਪਹਿਲਾਂ ਰੇਲਵੇ ਸਟੇਸ਼ਨ 'ਤੇ ਪਹੁੰਚਣਾ ਜ਼ਰੂਰੀ ਹੋਏਗਾ। ਰੇਲਵੇ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਲਈ ਯਾਤਰਾ ਦੌਰਾਨ ਆਪਣਾ ਖਾਣਾ ਲਿਆਉਣਾ ਬਿਹਤਰ ਰਹੇਗਾ, ਟਿਕਟ ਦੇ ਵਿੱਚ ਭੋਜਨ ਖਰਚੇ ਨਹੀਂ ਲਏ ਜਾਣਗੇ। ਹਾਲਾਂਕਿ ਕੁਝ ਰੇਲ ਗੱਡੀਆਂ ਦੇ ਵਿੱਚ ਪੈਂਟਰੀ ਕਾਰ ਹੋਵੇਗੀ, ਜਿੱਥੋਂ ਯਾਤਰੀ ਪੈਸੇ ਦੇ ਕੇ ਭੋਜਨ ਖਰੀਦ ਸਕਦੇ ਨੇ। ਰੇਲਵੇ ਸਟੇਸ਼ਨ ਦੇ ਵਿੱਚ ਕਿਤਾਬਾਂ ਦੇ ਸਟਾਲ ਅਤੇ ਦਵਾਈਆਂ ਦੇ ਸਟਾਲ ਲੱਗੇ ਰਹਿਣਗੇ। ਸਟੇਸ਼ਨ ਦੇ ਵਿੱਚ ਬਣੇ ਰੈਸਟੋਰੈਂਟਾਂ ਦੇ ਵਿੱਚ ਤੁਹਾਨੂੰ ਬੈਠ ਕੇ ਭੋਜਨ ਨਹੀਂ ਮਿਲੇਗਾ। ਯਾਤਰੀ ਖਾਣਾ ਜ਼ਰੂਰ ਪੈਕ ਕਰਵਾ ਸਕਦੇ ਨੇ। ਰੇਲ ਗੱਡੀਆਂ ਦੇ ਵਿੱਚ ਚਾਦਰਾਂ ਜਾਂ ਤੌਲੀਏ ਨਹੀਂ ਦਿੱਤੇ ਜਾਣਗੇ, ਪਰਦੇ ਵੀ ਨਹੀਂ ਲੱਗੇ ਹੋਣਗੇ। ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣਾ ਪਏਗਾ ਅਤੇ ਆਰੋਗਯ ਸੇਤੂ ਐਪ ਤੁਹਾਡੇ ਮੋਬਾਈਲ ਦੇ ਵਿੱਚ ਹੋਣੀ ਜ਼ਰੂਰੀ ਹੋਵੇਗੀ। ਪੰਜਾਬ ਦੇ ਅੰਮ੍ਰਿਤਸਰ ਤੋਂ ਵੀ ਰੇਲ ਗੱਡੀਆਂ ਚੱਲਣਗੀਆਂ। ਇਸ ਦੇ ਮੁੱਖ ਰੂਟ ਹੋਣਗੇ ਹਜ਼ੂਰ ਸਾਹਿਬ, ਮੁੰਬਈ, ਕੋਲਕਾਤਾ, ਹਰਿਦੁਆਰ, ਨਿਊ ਜਲਪਾਈਗੁੜੀ ਅਤੇ ਜੈਨਗਰ। ਭਾਰਤ 'ਚ ਪਿਛਲੇ 24 ਘੰਟਿਆਂ ਦੇ ਵਿੱਚ 8300 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਨਾਲ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ 1,82,000 ਤੋਂ ਉੱਪਰ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਤਬਾਹੀ ਮਹਾਰਾਸ਼ਟਰ ਦੇ ਵਿੱਚ ਹੈ। ਪੁਲਿਸ ਮੁਲਾਜ਼ਮ ਵੀ ਇਸ ਤੋਂ ਨਹੀਂ ਬਚੇ। ਹੁਣ ਤੱਕ ਕਰੀਬ 2400 ਪੁਲਿਸ ਮੁਲਾਜ਼ਮਾਂ ਨੂੰ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ ਅਤੇ ਜਿਸ ਦੇ ਵਿੱਚ ਕਰੀਬ 26 ਪੁਲਿਸ ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ। ਅਤੇ ਦਿੱਲੀ ਦੇ ਵਿੱਚ ਵੀ ਕੋਰੋਨਾ ਵਾਇਰਸ ਦੀ ਲਾਗ ਦੇ ਨਾਲ ਅੱਜ ਇੱਕ ਹੋਰ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਹੁਣ ਗੱਲ ਕੌਮਾਂਤਰੀ ਖਬਰਾਂ ਦੀ। ਕੋਰੋਨਾ ਵਾਇਰਸ ਦੇ ਚੱਲਦਿਆਂ ਟਲ ਗਿਆ G7 ਸੰਮੇਲਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ G7 ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਗਿਆ, ਪਰ ਖਾਸ ਗੱਲ ਹੈ ਕਿ ਹੁਣ ਇਸ ਦੇ ਵਿੱਚ ਸੱਦਾ ਭਾਰਤ ਨੂੰ ਵੀ ਮਿਲੇਗਾ। ਹਰ ਸਾਲ ਇਹ ਸੰਮੇਲਨ ਹੁੰਦਾ ਜਿਸ ਦੇ ਵਿੱਚ ਵਿਕਾਸਸ਼ੀਲ ਦੇਸ਼ ਜਿਹੜੇ ਨੇ ਆਰਥਿਕਤਾ ਨੂੰ ਲੈ ਕੇ ਚਰਚਾਵਾਂ ਕਰਦੇ ਨੇ। UK ਦੇ ਵਿੱਚ ਮਾਮਲੇ ਵੱਧਦੇ ਜਾ ਰਹੇ ਨੇ, ਪਰ ਲੋਕਡਾਊਨ ਦੇ ਵਿੱਚ ਲਗਾਤਾਰ ਢਿੱਲ ਦਿੱਤੀ ਜਾ ਰਹੀ ਸੀ, ਜਿਸ ਦੀ ਆਲੋਚਨਾ ਹੋ ਰਹੀ ਸੀ। ਪਰ ਹੁਣ ਸਰਕਾਰ ਦੇ ਵਿਦੇਸ਼ ਸਕੱਤਰ ਨੇ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਗਿਆ। ਜ਼ਰੂਰ ਇਹ ਔਖਾ ਸਮਾਂ, ਪਰ ਟੈਸਟਿੰਗ ਅਤੇ ਟਰੇਸਿੰਗ ਦੇ ਨਾਲ ਹੀ ਕੋਰੋਨਾ ਵਾਇਰਸ 'ਤੇ ਕਾਬੂ ਪਾਇਆ ਜਾ ਸਕਦਾ ਹੈ। ਦੱਸ ਦੇ ਕਿ ਇਸ ਤੋਂ ਪਹਿਲਾਂ UK ਦੇ ਕਈ ਵਿਗਿਆਨੀ ਕਹਿ ਚੁੱਕੇ ਨੇ ਕਿ ਲੋਕਡਾਊਨ ਦੇ ਵਿੱਚ ਢਿੱਲ ਦੇਣਾ ਖਤਰਨਾਕ ਹੋ ਸਕਦਾ ਹੈ ਅਤੇ ਇਸ ਦੇ ਖਾਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ। ਅਤੇ ਹੁਣ ਜਾਂਦੇ ਜਾਂਦੇ ਇੱਕ ਖਬਰ ਦਿਲ ਨੂੰ ਸਕੂਨ ਦੇਣ ਵਾਲੀ। ਅੱਜ PM ਮੋਦੀ ਨੇ ਮਨ ਕੀ ਬਾਤ ਦੇ ਵਿੱਚ ਉਹਨਾਂ ਲੋਕਾਂ ਦੀ ਸ਼ਲਾਘਾ ਕੀਤੀ ਜੋ ਕਿ ਕੋਰੋਨਾ ਵਾਇਰਸ ਦੇ ਇਸ ਦੌਰ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਨੇ। ਅਤੇ ਇਹਨਾਂ ਦੇ ਵਿੱਚ ਇੱਕ ਨਾਮ ਸੀ ਪਠਾਨਕੋਟ ਦੇ ਰਾਜੂ ਦਾ। ਰਾਜੂ ਜੋ ਅਪਾਹਜ ਨੇ ਪਰ ਖੂਬ ਮਿਹਨਤ ਕਰਦੇ ਨੇ ਅਤੇ ਉਹਨਾਂ ਨੇ ਪੈਸੇ ਜੋੜੇ ਅਤੇ ਹੁਣ ਲੋਕਾਂ ਨੂੰ ਮੁਫਤ ਮਾਸਕ ਵੰਡ ਰਹੇ ਨੇ। ਅਤੇ PM ਮੋਦੀ ਵੀ ਰਾਜੂ ਦੇ ਮੁਰੀਦ ਹੋ ਗਏ ਨੇ। ਕੋਰੋਨਾ ਵਾਇਰਸ ਦੇ ਇਸ ਰਾਊਂਡਅਪ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਮੈਨੂੰ ਦੋ ਇਜਾਜ਼ਤ, ਕੱਲ੍ਹ ਫਿਰ ਤੋਂ ਹਾਜ਼ਰ ਹੋਵਾਂਗੇ ਦੇਸ਼ ਦੁਨੀਆ ਅਤੇ ਪੰਜਾਬ ਦੀਆਂ ਕੋਰੋਨਾ ਵਾਇਰਸ ਦੇ ਨਾਲ ਜੁੜੀਆਂ ਖਾਸ ਅਪਡੇਟਸ ਨੂੰ ਲੈ ਕੇ।